ਸ੍ਰੀਕਾਲ ਤਾਈ ਸ੍ਰੀਕਾਲ ਵਧਾਈਆਂ ਜੱਸੇ ਦਾ ਵਿਆਹ ਹੋ ਗਿਆ ਤੈਨੂੰ ਹੁਣ ਪਤਾ ਲੱਗਿਆ ਹੁਣ ਤਾਂ 8-9 ਮਹੀਨੇ ਹੋ ਗਏ ਤਾਈ ਫਿਰ ਮੈਂ ਰਾਜਸਥਾਨ ਗਿਆ ਸੀ ਨਾ ਹਾਂ ਪੁੱਤ ਵਿਆਹ ਲੈਂਦਾ ਬੜਾ ਘੱਟ ਕੁੱਟ ਜਾ ਨਹੀਂ ਕਰਿਆ ਹੈਗਾ ਚੁੰਨੀ ਚੜਾਵੀ ਕਰੇ ਚੱਲ ਚੁੰਨੀ ਚੜਾਵੀ ਕਰਨਾ ਸੀ ਤੀਜੀ ਵਾਰ ਤਾਂ ਫਿਰ ਵਿਆਹ ਹੈ ਹਾਂ ਉਹਦਾ ਵੀ ਘਰ ਵਾਲਾ ਮਰ ਗਿਆ ਸੀ ਨਾ ਪੇਕੇ ਬੈਠੀ ਸੀ ਵਿਚਾਰੀ ਕਈ ਸਾਲ ਹੋ ਗਏ ਤੇ ਨਾ ਬੈਠੀ ਨੂੰ ਉਹ ਤਾਂ ਪੁੱਤ ਆਪਣਾ ਕੋਈ ਰਿਸ਼ਤੇਦਾਰ ਸੀ ਉਹਨੇ ਵਿੱਚ ਪੈ ਕੇ ਕੰਮ ਸਿਰੇ ਚੜਾਤਾ ਚੱਲ ਵਧੀਆ ਹੋ ਗਿਆ ਤਾਈ ਚੁੱਪ ਚੀਤੇ ਜੇ ਵਿਆਹ ਹੋ ਗਿਆ ਨਹੀਂ ਤਾਂ ਫਿਰ ਔਖਾ ਹੋ ਜਾਂਦਾ ਜੇ ਤੁਹਾਡੇ ਬਾਰੇ ਉਹਨੂੰ ਪਤਾ ਲੱਗ ਜਾਂਦਾ ਕੀ ਪਤਾ ਲੱਗ ਜਾਂਦਾ ਆਹੀ ਗੱਪਾਂ ਛੱਪਾਂ ਬਾਰੇ ਕਈ ਵਾਰ ਤਾਈ ਬਾੜੇ ਰੌਲੇ ਗੋਲੇ ਨਾਲ ਅਗਲੇ ਨੂੰ ਪਤਾ ਲੱਗ ਜਾਂਦਾ ਕਿ ਤੁਹਾਡਾ ਗੱਪੀਆਂ ਦਾ ਟੱਬਰ ਹੈ ਨਾ ਤੂੰ ਵਧਾਈਆਂ ਦੇਣ ਆਇਆ ਕੋਲੇ ਬੈਠਾ ਕਰਨਾ ਆ ਤੈਨੂੰ ਅਸੀਂ ਮਾਂ ਪੁੱਤ ਗੱਪੀ ਦਿੰਦੇ ਆ ਸਾਰਾ ਪਿੰਡ ਹੀ ਕਹਿੰਦਾ ਤਾਈ ਤੁਸੀਂ ਗੱਪੀਆਂ ਦੇ ਬਾਦਸ਼ਾਹ ਹੋ ਬੇ ਤੂੰ ਜਾਣੇ ਕਿ ਨਾ ਸੋਟੀਆਂ ਨਾ ਖਾਲੀ ਮੈਂ ਤੁਹਾਡੇ ਵਿੱਚ ਆ ਓਹੋ ਮੈਂ ਤਾਂ ਸਵੇਕੀ ਗੱਲ ਕੀਤੀ ਆ ਤਾਈ ਕਰੀ ਆਏ ਨੇ ਸਵੇਕੀ ਗੱਲ ਜੇ ਕੋਈ ਗੱਲ ਕਰਨਾ ਹੈ ਤੂੰ ਚੱਜ ਦੀ ਗੱਲ ਕਰ ਠੀਕ ਹੈ ਤਾਈ ਆ ਧਰ ਦੇ ਡੰਗ ਜੱਸਾ ਕਿੱਧਰ ਗਿਆ ਚੰਡੀਗੜ੍ਹ ਗਿਆ ਪੁੱਤ ਮਾੜਾ ਜਿਹਾ ਕੰਮ ਸੀ ਟੱਪੇ ਦਾ ਕਦੇ ਮਾਨਸਾ ਨਹੀਂ ਮੂੰਹ ਤਾਂ ਮਾਰੂ ਚਪੜਾ ਤੇਰੀਆਂ ਉਹੀ ਗੱਲਾਂ ਓ ਨਾ ਨਾ ਤਾਈ ਮੈਂ ਤਾਂ ਹੱਸਦਾ ਬੱਚਾ ਹੱਸਦਾ ਜਾ ਜਾ ਚੱਲ ਠੀਕ ਹੈ ਤਾਈ ਮੈਂ ਤਾਂ ਜੱਸੇ ਨੂੰ ਮਿਲਣ ਆਇਆ ਸੀ ਉਹ ਚੰਡੀਗੜ੍ਹ ਗਿਆ ਹੋਇਆ ਫੇਰ ਮਾਰੂ ਗੇੜਾ ਚੰਗਾ ਤਾਈ ਮੈਂ ਤਾਂ ਐਂ ਪੁੱਛਦਾ ਚੰਡੀਗੜ੍ਹ ਕਿਵੇਂ ਗਿਆ ਭਗਵੰਤ ਮਾਨ ਨੇ ਸੱਦਿਆ ਸੀ ਕੰਮ ਸੀ ਕੋਈ ਅੱਛਾ ਅੱਛਾ ਕੋਈ ਪੰਜਾਬ ਦੇ ਮਸਲੇ ਤੇ ਜੱਸੇ ਦੀ ਰਾਏ ਲੈਣੀ ਹੋਊ ਹਾਂ ਹੀ ਹੋਊਗਾ ਚੱਲ ਚੰਗਾ ਫਿਰ ਕਿ ਭਗਵੰਤ ਮਾਨ ਨੇ ਸੱਦਿਆ ਸੱਦਦਾ ਤਾਂ ਇਹਨੂੰ ਪਿੰਡ ਦਾ ਸਰਪੰਚ ਨਹੀਂ ਇੱਥੇ ਫਿਰਦਾ ਉਹ ਬੱਟਾ ਮਿੱਧਾ ਸੁਖਪਾਲ ਸੁਖਪਾਲ ਹਾਂ ਬੇਬੇ ਪੁੱਤ ਮੈਨੂੰ ਪਾਣੀ ਲਿਆ ਕੇ ਦੇ ਨਿੱਕਾ ਜਿਹਾ ਲਿਆਉਣੀ ਹੈ ਬੇਬੇ ਲੈ ਬੇਬੇ ਕੌਣ ਸੀ ਬੇਬੇ ਇਹ ਤਾਂ ਪਿੰਡ ਚੋਂ ਸੀ ਪੁੱਤ ਮੁੰਡਾ ਉਹ ਕਹਿੰਦਾ ਤਾਈ ਤੂੰ ਗਰੀਬ ਗਰੂਬੇ ਦੀ ਮਦਦ ਵਾਲੀ ਕਰਦੀ ਹੈ ਵੀ ਸਾਰਾ ਪਿੰਡ ਤੈਨੂੰ ਸਨਮਾਨਿਤ ਕਰਨ ਨੂੰ ਕਹਿੰਦਾ ਮੈਂ ਕਿਹਾ ਵੀ ਮੇਰੇ ਕੋਲ ਤਾਂ ਇੰਨਾ ਟਾਈਮ ਹੈ ਨਹੀਂ ਪੁੱਤ ਮੇਰਾ ਤਾਂ ਸਾਰਾ ਧਿਆਨ ਹੀ ਲੋਕ ਭਲਾਈ ਦੇ ਕੰਮਾਂ 'ਚ ਲੱਗਿਆ ਰਹਿੰਦਾ ਠੀਕ ਹੈ ਮੈਨੂੰ ਤਾਂ ਲੈ ਨਹੀਂ ਸਮਝ ਆਉਂਦੀ ਬੁੜੀ ਦੀ ਲੋਕ ਭਲਾਈ ਦਾ ਇਹਨੂੰ ਕਿਹੜਾ ਕੰਮ ਰਹਿੰਦਾ ਸਾਰਾ ਤਾਂ ਇਹ ਘਰੇ ਬੈਠੀ ਰਹਿੰਦੀ ਹੈ ਮੈਨੂੰ ਤਾਂ 8-9 ਮਹੀਨੇ ਹੋ ਗਏ ਇਸ ਘਰੇ ਆਈ ਨੂੰ ਮੈਂ ਤਾਂ ਦੇਖਿਆ ਨਹੀਂ ਦੇਖੋ ਕੋਈ ਗਰੀਬ ਗਰੂਬਾ ਆਇਆ ਹੋਵੇ ਜਾਂ ਇਹ ਗਰੀਬ ਗਰੂਬੇ ਕੋਲ ਗਈ ਹੋਵੇ ਮੈਂ ਤਾਂ ਜਿੱਦ ਦੀ ਆਈ ਹਾਂ ਇੱਕ ਗੱਲ ਨੋਟ ਕਰੀਏ ਇਹ ਮਾਂ ਪੁੱਤ ਗੱਪ ਬਹੁਤ ਰੋੜਦੇ ਨੇ ਰੋੜਦੇ ਵੀ ਅਜੀਬ ਨੇ ਮੈਂ ਤਾਂ ਐਂ ਹੈਰਾਨ ਹਾਂ ਇਹਨਾਂ ਤੇ ਹੈ ਸੁਖਪਾਲ ਜਿਹੜਾ ਆਪਣੇ ਪਿੰਡ ਦੇ ਨਾਲ ਜੰਗਲ ਲੱਗਦਾ ਇੱਥੇ ਮੈਂ ਕਿਰਨ ਡੰਗਰ ਚਾਰਨ ਵਗ ਗਿਆ ਭਾਈ ਕੱਟਾ ਕਮਾ ਚ ਗਿਆ ਉੱਥੇ ਤਾਂ ਮੇਰਾ ਮੈਂ ਤਾਂ ਕੱਟਾ ਪਾਲਾਂ ਕਿ ਤੂੰ ਨਾ ਮੈਨੂੰ ਤਥਿਆਵੇ ਕੱਟਾ ਅੱਛਾ ਮੈਂ ਆਖਿਆ ਬੜਾ ਪੰਗਾ ਹੋਇਆ ਭਾਈ ਹੁਣ ਕੀ ਕਰਾਂਗੇ ਮੈਂ ਤਾਂ ਉਦਾਸ ਜਿਹਾ ਬੈਠਾ ਭਾਈ ਅੱਖਾਂ ਬੰਦ ਕਰਕੇ ਇੰਨੇ ਪਸ਼ੂਆਂ ਦਾ ਦੇਵਤਾ ਪ੍ਰਗਟ ਹੋ ਗਿਆ ਉਹ ਮੈਨੂੰ ਕਹਿੰਦਾ ਕੀ ਗੱਲ ਭਗਤਾ ਤੂੰ ਉਦਾਸ ਜਿਹਾ ਬੈਠਾ ਬਸ ਲੱਗਾ ਰੋਡ ਮੇਰਾ ਟਾਇਰ ਤੋਂ ਕੀ ਕਿਹਾ ਨਾ ਕੁਛ ਨਹੀਂ ਅੱਛਾ ਮੈਂ ਕਿਹਾ ਦੇਵਤਾ ਜੀ ਮੇਰਾ ਤਾਂ ਕੱਟਾ ਗਵਾਚ ਗਿਆ ਉਹ ਕਹਿੰਦਾ ਭਗਤਾ ਤੂੰ ਇੱਕ ਮਿੰਟ ਖੜ ਮੈਂ ਆਉਣਾ ਐਂ ਕਹਿ ਕੇ ਉਹ ਤਾਂ ਗਾਇਬ ਹੋ ਗਿਆ ਵੀ ਇਹ ਕੀ ਕਰੂਗਾ ਉਹ ਤਾਂ ਜੀ ਪੂਰੇ ਇੱਕ ਮਿੰਟ ਬਾਅਦ ਸੋਨੇ ਦਾ ਕੱਟਾ ਕੰਨਾਂ ਤੋਂ ਫੜ ਕੇ ਕਿਹੜੀ ਸੀ ਆਵੇ ਕਹਿੰਦਾ ਆ ਲੈ ਆਪਦਾ ਮੈਂ ਕਿਹਾ ਜੀ ਮੇਰਾ ਕੱਟਾ ਤਾਂ ਹੈ ਨਹੀਂ ਇਹ ਫੇਰ ਗਾਇਬ ਹੋ ਗਿਆ ਭਾਈ ਉਹ ਉਸ ਮਿੰਟਾਂ ਬਾਅਦ ਜਦੋਂ ਉਹ ਆਇਆ ਸਮਝ ਗਈ ਮੈਂ ਇਹ ਕਹਾਣੀ ਮੈਂ ਪਹਿਲਾਂ ਵੀ ਸੁਣੀ ਹੋਈ ਹੈ ਉਹ ਫਿਰ ਚਾਂਦੀ ਦਾ ਕੱਟਾ ਲੈ ਆਇਆ ਹੋਊਗਾ ਦੂਜੀ ਵਾਰ ਲੱਕੜਹਾਰੇ ਵਾਂਗੂ ਲੱਗਦਾ ਇਹਨੇ ਲੱਕੜਹਾਰੇ ਵਾਲੀ ਕਹਾਣੀ ਸੁਣੀ ਹੈ ਉਹ ਨਾ ਨਾ ਦੂਜੀ ਵਾਰੀ ਸ਼ੀਸ਼ੇ ਦਾ ਕੱਟਾ ਲਿਆਈ ਆਵੇ ਪਤੰਦਰ ਅੱਛਾ ਸ਼ੀਸ਼ੇ ਦਾ ਹੋਰ ਸ਼ੀਸ਼ੇ ਦਾ ਕੱਟਾ ਤਾਂ ਚਮਕਾ ਮਾਰੇ ਭੈਣ ਦੇਣਾ ਮੂੰਹ ਦਿਸੇ ਕੱਟੇ ਚੋਂ ਤਾਂ ਕੱਟੇ ਦਾ ਮੂੰਹ ਦੀਦਾ ਹੋ ਤੈਨੂੰ ਭੁਲੇਖਾ ਪੈ ਗਿਆ ਹੋਈ ਮੇਰਾ ਮੂੰਹ ਦੀਦਾ ਇਹ ਵੀ ਹੋ ਸਕਦਾ ਕੀ ਕਹਿੰਦੀ ਹੈ ਸਾਲੀਏ ਮੇਰਾ ਮੂੰਹ ਕੱਟੇ ਵਰ ਗਿਆ ਨਾ ਨਾ ਮੈਂ ਤਾਂ ਉਹੀ ਕਹਿਤਾ ਤੂੰ ਗੱਲ ਸੁਣਾ ਅੱਗੇ ਆਪਦੀ ਸੁਣਾ ਗੱਲ ਫੇਰ ਕੀ ਸੀ ਫੇਰ ਮੈਂ ਕਹਿਤਾ ਵੀ ਸ਼ੀਸ਼ੇ ਵਾਲਾ ਕੱਟਾ ਵੀ ਮੇਰਾ ਨਹੀਂ ਹੈਗਾ ਫੇਰ ਤੀਜੀ ਵਾਰੀ ਸਹੀ ਕੱਟਾ ਲੈ ਕੇ ਆਇਆ ਫੇਰ ਮੈਂ ਡੰਗਰ ਹੱਕ ਕੇ ਸਿੱਧਾ ਘਰੇ ਆ ਗਿਆ ਇਦੋਂ ਬਾਅਦ ਮੈਂ ਤਾਂ ਕੰਨਾਂ ਨੂੰ ਹੱਥ ਲਾ ਲਏ ਮੈਂ ਨਹੀਂ ਡੰਗਰ ਚਾਰਨ ਜਾਣਾ ਜੰਗਲ 'ਚ ਉਹ ਤਾਂ ਗੱਲ ਠੀਕ ਹੈ ਤੇਰੀ ਇਮਾਨਦਾਰੀ ਦੇਖ ਕੇ ਦੇਵਤੇ ਨੇ ਤੈਨੂੰ ਸੋਨਾ ਤੇ ਸੀਸੇ ਦਾ ਕੱਟਾ ਦਿੱਤਾ ਉਹ ਕਿੱਥੇ ਉਹ ਤਾਂ ਮੈਂ ਥੋਕਿਆ ਪਿਆ ਸੀਗਾ ਵੀ ਵਾਰੀ ਵਾਰੀ ਸਾਲਾ ਭਕਾਈ ਕਰਾਈ ਜਾਂਦੇ ਮੇਰੀ ਮੈਂ ਤਾਂ ਨਿਕਲਣ ਦੀ ਕਰੀ ਉੱਥੋਂ ਮੰਗਿਆ ਕੋਈ ਸ਼ਰਾਬ ਵੀ ਨਾ ਦੇ ਦੇ ਸ਼ਰਾਫ ਤਾਂ ਇਹਨੂੰ ਕਾਹਦਾ ਸ਼ਰਾਫ ਤਾਂ ਮੈਨੂੰ ਦਿੱਤਾ ਜਿਹੜਾ ਗੱਪੀਆਂ ਦਾ ਟੱਬਰ ਨਵਾਂ ਪੈ ਗਿਆ ਕੀ ਕਿਹਾ ਸੁਖਪਾਲ ਕੁਛ ਨਹੀਂ ਮੈਂ ਤਾਂ ਐਂ ਕਹਿੰਦੀ ਵਧੀਆ ਹੋਗਾ ਤੂੰ ਜੰਗਲ 'ਚ ਭੱਜ ਕੇ ਆ ਗਿਆ ਸ਼ਰਾਫ ਵੀ ਦੇ ਸਕਦਾ ਤੀ ਦੇਵਤੇ ਦਾ ਕੀਤੀ ਹਾਂ ਚੰਗਾ ਸੁਖਪਾਲ ਮੈਂ ਟਰੈਕਟਰ ਦਿਖਾਇਆ ਮੈਂ ਵਰਕਸ਼ਾਪ 'ਚ ਚੰਗਾ ਮਾੜੇ ਨੁਕਸ ਸਾਹਿਬ 'ਚ ਹੈਂ ਟਰੈਕਟਰ ਵੀ ਆਪਣੇ ਹੈਗਾ ਲੈ ਹੋਰ ਕਿਸੇ ਲਿਆ ਜੀ ਦੇ ਘਰੇ ਖੜਾ ਹੈ ਅੱਛਾ ਅੱਛਾ ਚੰਗਾ ਫਿਰ ਮੈਂ ਕਰਾ ਲਿਆ ਮੈਂ ਕੰਮ ਗਿਆ ਟਰੈਕਟਰ ਦਾ
ਲੈ ਦੱਸ ਮੋਟਰਸਾਈਕਲ ਕੋਲੇ ਹੈ ਨਹੀਂ ਗੱਲਾਂ ਟਰੈਕਟਰਾਂ ਦੀਆਂ ਕਰਦਾ ਸਾਈਕਲ ਖਿੱਚੀ ਫਿਰਦਾ ਮੈਂ ਤਾਂ ਐ ਨਹੀਂ ਸਮਝ ਆਉਂਦੀ ਆਹ ਵਿਚੋਲਿਆਂ ਨੇ ਮੇਰਾ ਕਹੀ ਜੇ ਬੰਦੇ ਨਾਲ ਵਾਹ ਪਾਤਾ ਸੁਖਪਾਲ ਹਾਂ ਬੇਬੇ ਚਾਹ ਤਾਂ ਬਣਾ ਪੁੱਤ ਘੱਟ ਬਣਾਉਣੀ ਹੈ ਬੇਬੇ ਮੇਰਾ ਤਾਂ ਇਹ ਦਿਮਾਗ ਖਰਾਬ ਕਰ ਦੇਣਗੇ ਕੱਪ ਮਾਰ ਮਾਰ ਕੇ ਤੂੰ ਠੰਡ ਨੇ ਕੀ ਲੋੜ ਹੈ ਵਿਚਾਰ ਰੱਖੇ ਨੇ ਹੈ ਹੈ ਨਹੀਂ ਸੁਖਪਾਲ ਬਣ ਗਈ ਚਾਹ ਹਾਂ ਹਾਂ ਬੇਬੇ ਬਣ ਗਈ ਬਸ ਆਉਣੀ ਆ ਲੈ ਕੇ ਠੰਡੀ ਬਹੁਤ ਹੋ ਗਈ ਮਰ ਜਾਣੀ ਹੋਰ ਬੇਬੇ ਸੱਚ ਤੇਰਾ ਮਾਮਾ ਕਿੱਥੇ ਰਹਿੰਦਾ ਤੂੰ ਮੈਨੂੰ ਦੱਸਿਆ ਸੀ ਉਹ ਤਾਂ ਬੇਬੇ ਸ਼ਿਮਲੇ ਰਹਿੰਦਾ ਫਿਰ ਮਾਮਾ ਉੱਥੇ ਤਾਂ ਠੰਡੀ ਬਹੁਤ ਹੋਊਗੀ ਹਾਂ ਬੇਬੇ ਬਹੁਤ ਜ਼ਿਆਦਾ ਠੰਡ ਹੈ ਇੱਧਰ ਤਾਂ ਮੇਰਾ ਮਾਮਾ ਦੱਸਦਾ ਹੁੰਦਾ ਸੀਗਾ ਕਹਿੰਦਾ ਨਦੀਆਂ ਨਾਲਿਆਂ ਦਾ ਪਾਣੀ ਜੰਮ ਜਾਂਦਾ ਬਰਫ਼ ਬਣ ਜਾਂਦਾ ਜਮੀ ਪਾਣੀ ਜੰਮਣ ਵਾਲੀ ਗੱਲ ਤਾਂ ਕੁਛ ਵੀ ਨਹੀਂ ਅੜੀਏ ਗੱਲ ਤਾਂ ਤੈਨੂੰ ਮੈਂ ਸੁਣਾਉਣੀ ਆ ਇੱਕ ਵਾਰੀ ਨਾ ਮੈਂ ਠੰਡੇ ਮੁਲਕ 'ਚ ਵਗੀ ਬਾਹਰਲੇ ਮੁਲਕ 'ਚ ਅੱਛਾ ਬੇਬੇ ਤੂੰ ਬਾਹਰਲੇ ਦੇਸ਼ ਵੀ ਗਈ ਸੀ ਹਾਂ ਹਾਂ ਮੈਂ ਬਹੁਤ ਮੁਲਕਾਂ 'ਚ ਗਈ ਆ ਇਹ ਜਿਹੜੇ ਮੁਲਕ ਦੀ ਤੈਨੂੰ ਗੱਲ ਸੁਣਾਉਣੀ ਆ ਇਹ ਬਹੁਤ ਠੰਡਾ ਸੀ ਕਿਹੜਾ ਦੇਸ਼ ਬੇਬੇ ਕੀ ਨਾਂ ਸੀ ਭਲਾ ਦੇਸ਼ ਦਾ ਨਾ ਤਾਂ ਐਵੇਂ ਕਹਿੰਦਾ ਪੁੱਤ ਮੇਰੇ ਯਾਦ ਨਹੀਂ ਪਰ ਜੇ ਬੇਬੇ ਇੱਕ ਦੇਸ਼ 'ਚ ਗਈ ਹੋਵੇ ਨਾਂ ਤੇਰੇ ਫੇਰ ਹੀ ਯਾਦ ਹੋਵੇ ਹਾਂ ਤੇ ਗੱਲ ਸੁਣ ਧਰਮ ਨਾਲ ਉੱਥੇ ਇੰਨੀ ਠੰਡ ਜੇ ਕੋਈ ਗੱਲ ਕਰੇ ਨਾ ਮੂੰਹ 'ਚੋਂ ਗੱਲ ਦੀ ਬਜਾਏ ਨਾ ਬਰਫ਼ ਦੀਆਂ ਗੋਲੀਆਂ ਬਣ ਬਣ ਡਿੱਗਣ ਬਰਫ਼ ਦੀਆਂ ਗੋਲੀਆਂ ਨੂੰ ਕੀ ਸਮਝੇ ਅਗਲਾ ਬਰਫ਼ ਦੀਆਂ ਗੋਲੀਆਂ ਨੂੰ ਪਗੜਾ ਕੇ ਗਰਮ ਕਰਕੇ ਫੇਰ ਗੱਲ ਦੀ ਸਮਝ ਆਉਂਦੀ ਲੈ ਛੱਡਤਾ ਬੁੜੀ ਨੇ ਇੱਕ ਗੱਪ ਹੋਰ ਠੀਕ ਹੈ ਬੇਬੇ ਫਿਰ ਤਾਂ ਬਹੁਤ ਠੰਡ ਤੀ ਉੱਥੇ ਹੈ ਨਾ ਲੈ ਹੋਰ ਭਾਈ ਜਦੋਂ ਉੱਥੇ ਮੋਮਬੱਤੀ ਚਲਾਉਣੀ ਕਿਸੇ ਨੇ ਤਾਂ ਮੋਮਬੱਤੀ ਦੀ ਲਾਟ ਵੀ ਜੰਮ ਜਾਂਦੀ ਲੈ ਦੱਸ ਅੱਗ ਕਿਵੇਂ ਜੰਮ ਸਕਦੀ ਬੇਬੇ ਨਹੀਂ ਉੱਥੇ ਤਾਂ ਜੰਮ ਜਾਂਦੀ ਸੀ ਨਾ ਕਮਾਲ ਹੋ ਗਈ ਬੇਬੇ ਮੈਂ ਤਾਂ ਇੰਨੀ ਠੰਡ ਪਹਿਲੀ ਵਾਰ ਸੁਣੀ ਹੈ ਜਿਹੜੀ ਅੱਗ ਨੂੰ ਵੀ ਜਮਾ ਦੇ ਮੈਂ ਤਾਂ ਦੇਖੀ ਹੈ ਪੁੱਤ ਮੈਂ ਤਾਂ ਦੇਖੀ ਹੈ ਇੱਕ ਵਾਰੀ ਮੈਂ ਗਰਮ ਦੇਸ਼ 'ਚ ਵਗੀ ਉੱਥੇ ਗਰਮੀ ਗਰਮੀ ਬਾਹਲੀ ਗਰਮੀ ਸੀ ਅੱਛਾ ਅੱਛਾ ਬੇਬੇ ਚੱਲ ਬੇਬੇ ਮੈਂ ਭਾਂਡੇ ਮਾਜਦੀ ਹਾਂ ਭਾਂਡੇ ਵਾਲੇ ਹੋਣ ਲਈ ਨਹੀਂ ਖੜਤਾ ਸਹੀ ਤੂੰ ਗੱਲ ਤਾਂ ਸੁਣ ਮੇਰੀ ਹਾਂ ਸੁਣਾ ਅੱਛਾ ਮੈਂ ਵਗੀ ਭਾਈ ਗਰਮ ਦੇਸ਼ 'ਚ ਉੱਥੇ ਗਰਮੀ ਪਵੇ ਕੋਈ ਗਰਮੀ ਉੱਥੇ ਤਾਂ ਲੋਹਾ ਹੀ ਪਗ ਨਹੀਂ ਜਾਵੇ ਲੋਹੇ ਦਾ ਪਾਣੀ ਵੀ ਬਣੀ ਜਾਵੇ ਅੱਛਾ ਅੱਛਾ ਲੈ ਹੋਰ ਕੁੜੇ ਉੱਥੇ ਤਾਂ ਜਿਹੜੇ ਟਾਵਰ ਸੀ ਮੋਬਾਈਲਾਂ ਦੇ ਵੱਡੇ ਵੱਡੇ ਸਾਰੇ ਪਿਘਲ ਗਏ ਅੱਛਾ ਲੈ ਹੋਰ ਮੇਰੇ ਨਾਲ ਵੀ ਝੇੜੀ ਹੋ ਗਈ ਮੇਰੇ ਪਾਈਆਂ ਸੀ ਸੋਨੇ ਦੀਆਂ ਵਾਲੀਆਂ ਉਹ ਤਾਂ ਕਿਧਰੀ ਗਈਆਂ ਜਦੋਂ ਮੈਂ ਸੀਸੇ ਮੂਹਰੇ ਖੜ ਕੇ ਦੇਖਿਆ ਮੇਰੇ ਤਾਂ ਦੋਵੇਂ ਕੰਨ ਨੰਗੇ ਮੈਂ ਆਖਿਆ ਬੂ ਵਾਲੀਆਂ ਕਿੱਧਰ ਗਈਆਂ ਫਿਰ ਮੈਨੂੰ ਦੱਸਿਆ ਕਿਸੇ ਨੇ ਕਹਿੰਦੇ ਤੇਰੀਆਂ ਵਾਲੀਆਂ ਤਾਂ ਪਿਘਲ ਕੇ ਥੱਲੇ ਡਿੱਗੀਆਂ ਹੋਣਗੀਆਂ ਮੈਨੂੰ ਤਾਂ ਫੇਰ ਸਮਝ ਆਈ ਲੈ ਕਮਾਲ ਹੋ ਗਈ ਬੇਬੇ ਸੋਨਾ ਹੀ ਪਿਘਲ ਜਾਂਦਾ ਲੈ ਜਦੋਂ ਐਡੇ ਐਡੇ ਲੋਹੇ ਦੇ ਟਾਵਰ ਨਹੀਂ ਛੱਡੇ ਸੋਨਾ ਕੀ ਚੀਜ਼ ਹੈ ਕੁੜੇ ਸੱਚੀ ਗੱਲ ਹੈ ਲੋਹਾ ਚਾਂਦੀ ਸੋਨਾ ਸਾਰਾ ਕੁਛ ਹੀ ਪਿਘਲ ਗਿਆ ਕੁਛ ਵੀ ਨਹੀਂ ਰਿਹਾ ਕਮਾਲ ਹੋ ਗਈ ਬੰਦੇ ਪਤਾ ਨਹੀਂ ਕਿਵੇਂ ਬਚ ਗਏ ਦੇਖ ਲੈ ਬੇਬੇ ਤੇਰੇ ਕੰਨ ਵੱਜ ਰਹੇ ਵਾਲੀਆਂ ਪਿਘਲੀਆਂ ਕਦੀਆਂ ਤੇ ਹੋਰ ਭਾਈ ਮੈਂ ਤਾਂ ਆਪਣੇ ਇੰਡੀਆ 'ਚ ਫੋਨ ਮਾਰਿਆ ਮੈਂ ਆਖਿਆ ਇੱਥੇ ਤਾਂ ਗਰਮੀ ਬਹੁਤ ਹੈ ਮੈਂ ਤਾਂ ਵਾਪਸ ਆਉਂਦੀ ਹਾਂ ਲੈ ਬੇਬੇ ਮੈਂ ਤੈਨੂੰ ਹੁਣ ਕੀ ਕਹਾਂ ਇੱਕ ਪਾਸੇ ਤਾਂ ਕਹਿਣੀ ਹੈ ਮੋਬਾਈਲਾਂ ਆਏ ਟਾਵਰ ਪਿਘਲ ਗਏ ਜੇ ਟਾਵਰ ਪਿਘਲ ਗਏ ਫਿਰ ਮੋਬਾਈਲ ਕਿੱਥੇ ਚੱਲਦੇ ਤੇ ਨਹੀਂ ਬਥੇਰੀਆਂ ਤਕਨੀਕਾਂ ਹੁੰਦੀਆਂ ਨੇ ਅੰਗਰੇਜ਼ਾਂ ਕੋਲੇ ਤੈਨੂੰ ਕੀ ਪਤਾ ਦਿਮਾਗ ਬਹੁਤ ਸੀ ਉਹਨਾਂ ਦਾ ਨਹੀਂ ਉਹ ਤਾਂ ਆਈਆਂ ਜਿਹੀਆਂ ਮਸੀਲਾਂ ਤਿਆਰ ਕਰਦੇ ਨੇ ਕੋਈ ਕੰਮ ਹੋਵੇ ਮਿੰਟੋ ਮਿੰਟ ਹੀ ਨਿਬੜ ਜਾਂਦਾ ਮੇਰੀ ਗੱਲ ਸੁਣ ਬੇਬੇ ਅਹੀ ਜੀ ਮੇਰੇ ਕੋਲ ਤਾਂ ਕੋਈ ਮਸ਼ੀਨ ਹੈ ਨਹੀਂ ਜਿਹੜੀ ਮੇਰੇ ਕੰਮ ਕਰਦੇ ਮੇਰੇ ਤਾਂ ਸਾਰੇ ਕੰਮ ਪਏ ਨੇ ਭਾਂਡੇ ਮਾਂਜਣ ਵਾਲੇ ਪਏ ਨੇ ਕੱਪੜੇ ਧੋਣ ਵਾਲੇ ਪਏ ਨੇ ਹੋਰ ਵੀ ਕੰਮ ਪਏ ਨੇ ਲੈ ਕਮਾਲ ਹੋ ਗਈ ਪੁੱਤ ਜਦੋਂ ਤੇਰੀ ਸੱਸ ਤੈਨੂੰ ਕੰਮ ਕਰਨ ਨੂੰ ਕਹਿੰਦੀ ਹੋਈ ਨਹੀਂ ਤੈਨੂੰ ਕਾਹਦਾ ਡਰ ਹੈ ਤੂੰ ਆਰਾਮ ਨਾਲ ਕੰਮ ਕਰ ਲਿਆ ਕਰ ਬਹਿ ਜਾ ਤੈਨੂੰ ਮੈਂ ਹੋਰ ਗੱਲਾਂ ਸੁਣਾਉਂਦੀ ਹਾਂ ਮੈਂ ਕਿਹੜਾ ਤੇਰੇ ਤੇ ਜ਼ੋਰ ਪਾਉਂਦੀ ਹਾਂ ਕੋਈ ਕੰਮ ਦਾ ਐਵੇਂ ਨਾ ਦਿਮਾਗ ਤੇ ਬੋਝ ਪਾਇਆ ਕਰ ਕੰਮ ਦਾ ਨਾ ਬੇਬੇ ਕੰਮ ਦਾ ਮੈਨੂੰ ਕੋਈ ਬੋਝ ਨਹੀਂ ਪਰ ਜੇ ਤੇਰੀਆਂ ਗੱਲਾਂ ਸੁਣਦੀ ਰਹੀ ਫੇਰ ਜ਼ਰੂਰ ਬੋਝ ਪੈ ਜੂ ਮੇਰੇ ਦਿਮਾਗ ਤੇ ਲੈ ਦੱਸ ਕਮਾਲ ਹੋ ਗਈ ਤੇਰੀ ਬੋਝ ਕਾਹਦਾ ਪੈ ਜੂਗਾ ਮੇਰਾ ਮਤਲਬ ਹੈ ਕੰਮ ਬਹੁਤ ਪਏ ਬੇਬੇ ਬੋਝ ਮੇਰੇ ਪੈ ਜੂਗਾ ਓਹੋ ਕੰਮ ਦਾ ਫੇਰ ਬੋਝ ਚੱਲ ਬੇਬੇ ਰਸੋਈ ਜਾ ਕੇ ਭਾਂਡੇ ਭੁੰਡੇ ਮਾਂਜਾਂ ਹਾਏ ਮੇਰਾ ਰੱਬਾ ਕਿੱਥੇ ਮੈਨੂੰ ਗੱਪੀਆਂ ਟੱਬਰ 'ਚ ਫਸਾਤਾ ਮੇਰਾ ਨਹੀਂ ਨਿਰਵਾਹ ਹੋਣਾ ਇਹਨਾਂ ਨਾਲ ਇਹ ਤਾਂ ਗੱਪ ਸੁਣਾ ਸੁਣਾ ਕੇ ਮੈਨੂੰ ਕੰਬਲੀ ਕਰ ਦੇਣਗੇ ਮੇਰਾ ਤਾਂ ਨਿਰਵਾਹ ਔਖੀ ਹੋਊਗਾ ਇੱਥੇ
बेबे कुत्ता बहुत वधिया फिरदा पिंड च, इक खुल्लिया नसल देगा, जे कहीं फड़ लई आप जे चंगी नसल दा फड़ लिया। ना ना रहण दे, अपन नहीं रखना कुत्ता कत्ता, मैनूं तां बहुत डर लगदा है कुत्ते बिल्लियां तो। जा सुपाल, तू कुत्ते बिल्लियां नूं डरदी है, मैं तां इक वारी शेर मारता सी। हुण रहण दे बस, तू मारता ते तू शेर, होर तैनूं की लगदा मैं झूठ मारदा? ना ना, तू तां जमा झूठ नहीं मारदा। ना बेबे मारे, लै वे जस्सिया, मैनूं लगदा इह आपां नूं गप्पी समझदी है। है सुपाल, तू सानूं गप्पी समझदी है? ना मैं कदों कहे, मैं तो शेर आई गल तो कहनी हां, भी शेर मारना कितने सौखा पे, तू कितने बिल्ला बुल्ला मारया हो, वो तो इन शेर वर्गा लग्या हो। ना ना यार, शेर सी, बिल्ला तो जमी छोटा जिहा हुंदा, शेर सी वो तो घट्टो घट्ट 20 फुट उच्चा। 20 फुट ज्यादा नहीं हो गए जस्से, थोड़े जे घट कर इन्हां नूं। मेरी गल सुन सुखपाल पूरी, वो दूरों 20 फुट का लगता सीगा, जदों मैं नेड़े होके देखिया 17 फुट का निकलिया। होर घट कर हजे। फिर फीते नाल मिलिया सुखपाल, फीता मंगा लिया फिर मैं, जो फीते नाल मिलिया 15 फुट का निकलिया। कंजरा होर घट कर। हूँ फीते नाल मिलिया गया बेबे, हूँ चाहे हथ दब चाहे गला दब, हूँ नहीं घट होना। की गल्लां करी जांदे बेबे? कुछ नहीं कुछ नहीं, मैं तो इहनूं ऐं कही थी, कंजरा तैनूं शेर मारन की कड़ी लोड़ थी, जे तैनूं शेर खा जांदा फिर। शेर ने इहनूं कदों खाणा सी बेबे? मैनूं लगदा बेबे शेर नहीं, इहने शेर मारिया हो किसे महफल च। गप्पां दी पंडना होण तां ले बेबे, अपन गप्पां दी पंड दस दईए। बे तैथों थोड़ा जिहा छोटा गप्प नहीं मारा जांदा थी? देख ना, आप छोटे गप्प मारदी हुंदी लोकां नूं। चल गप्प मारन लग्गा, वड्डा छोटा थोड़ा देखा जांदा है, मैनूं लगदा इहदा रद्द ही नहीं अपने घरे वसण दा। बे तां होर ही गल्लां करदी है। सही गल है बेबे तेरी, दिनों दिन होर ही गल्लां करन लग गई, तां मैनूं लगदा इहदे इरादे है नहीं अपने घरे वसण दे। बे होर ठंड वाली है, होर सूरज ही नहीं कढ़दा दिंदा। ना मैनूं तां नहीं लगदा वी अज सूरज कढ लूगा रब। मेरी गल सुनियो, मैं पेख के जाके आना सीगा, बेबे बीमार हो रही है, बुखार चढ़ लिया, मैं अज जाया आउंदी, मैं कम कुम मैंने वेड़ लिया। अच्छा अच्छा, पेके जाना है, छड्डे होना फिर मैं तेनूं अपनी स्कॉर्पियो ते। किहदे ते? साइकिल ते, अपने वाले ते। मुल्ले स्कॉर्पियो मैं कही है ना, आप साइकिल दी गल करी जांदे। मेरा मतलब तू बेइज्जती करदी है अपनी। चल फिर इक गल कर, सस्सा ही साइकिल नूं लगदा, सस्सा ही स्कॉर्पियो नूं लगदा साइकिल ते छड्डिया, ज्यादा अगली नहीं स्कॉर्पियो ते बैठना चाहूंगी। मैं तां कहा कहिंदे साइकिल नूं स्कॉर्पियो कहना है, मैं तां जिद्दां दी आई आं इस घरे साइकिल तो बिना कदे कुछ देखा नहीं हैगा, होर व्हीकल कोई अपने खड़ा ब्याह खड़े ले हवा च ही बना देना है, कदे ट्रैक्टर कदे स्कॉर्पियो। मैं तो सोचता थी किधर बसा चे धक्के खाऊगी, तो होर ही गल्लां करी जांदी। थोड़ी नहीं तू चढ़ाई बस, जरूरी अगली नहीं जाना चाहुंदी, जदों पलाई दा जमाना ही नहीं हैगा। होर नहीं मैं छड्ड भी आउंदा। चल फिर कट स्कॉर्पियो किथे खड़ी है, चल छड्ड के आ मैनूं। ओ सच मैं तो भुल ही गया, अपने वाली स्कॉर्पियो तो बबली लेके गया सरपंचा दा। होर हुण गुड्डी नूं लैण गया तां आऊगा भी लेट अज। ते पहला पता नहीं थी वो लेके गए, पति थी मैंने तो सोडा नहीं। बस बे तू ऐ करगा, अपने वाली जीप ते छड्या। ना ना रहण दे, मैं ना बस्ती चढ़ जानी, मैं तक सही लोड नहीं हैगी, मैं तां दी बस भी लंघा ली, इक तां लंघी हुण दूजी आउण वाली है। बे वाड़ी टोकण लगी जसे आपां नूं। होर मैनूं तां आप नहीं इहदी समझ आउंदी। आ तां वधिया करिया सुखपाल, जिहड़ा पुत तूं मैनूं मिलण आ गई, मैं भी उधर ही पई थी तेरे बिना, सच्ची वाला जी करदा सी। बेबे बुखार तेरा ठीक है हुण? बुखार तां पुत ठीक है, ऊ कमजोरी जी होगी, डॉक्टर कहना हो जाएगी ठीक हौली हौली। नाले बेबे शॉल शूल लेके रखा कर, ठंड तो इन्नी कंज वर्ग चुनी ले बैठी है, कमजोरी तो बेबे हो जाती है, फिर बुखार कितने छड़ता है, हुण कई दिन तो चढ़ी गया बुखार तेन। वो तो ठीक है पुत, होर तू सुना उत्थे ठीक ने सारे, तेरी सस तेरे घर वाला? वो तो ठीक ने बेबे, उन्होंने की होना है, ऊ तो तुम मैंने भैड़ी थान की फसाता बेबे। क्यों की हो गया पुत? होना की है बेबे, वो तो मैनू पागलां टब्बर लगता है, इन्ने गप मारदे ने बेबे जेड़े किते सुने ना होण, दोने मां पुत गप्पी ने। अच्छा पुत, तैनू तो कोई तंगी नहीं पुतो घर च, खाण पीण दी, कोई लीड़े कपड़े दी, कोई पैसे धेली दी? ना बेबे एवं कह दा, होर तो नहीं कोई तंगी हैगी, पर गप वाले मारदे ने। कोई ना पुत, मारी जान दे, कई बंदां दी ना आदत हुंदी है गप मारन दी। ਆਤਾ ਹੁੰਦੇ ਆ ਬੇਬੇ, ਜੇ ਮਾੜੇ ਮੋਟੇ ਗੱਪ ਮਾਰਦੇ ਹੁਣ ਮੈਂ ਜਰ ਲਾਂ, ਉਹ ਤਾਂ ਐਡੇ ਐਡੇ ਰੋੜਦੇ ਨੇ, ਉਹਨਾਂ ਨੇ ਤਾਂ ਜਿਹੜੀ ਵੀ ਗੱਲ ਕਰਨੀ ਹੈ ਬੇਬੇ ਹਰੇਕ ਗੱਲ ਝੂਠੀ ਉਹ ਹੁੰਦੀ ਹੈ, ਮੈਂ ਤਾਂ ਸੱਚੀ ਬੇਬੇ ਬਹੁਤ ਦੁਖੀ ਉਹਨਾਂ ਤੋਂ। ਕੋਈ ਗੱਲ ਨਹੀਂ ਪੁੱਤ, ਬੰਦੇ ਦੇ ਸੁਭਾਅ ਨੂੰ ਆਪਾਂ ਹੁਣ ਕਿਵੇਂ ਬਦਲ ਸਕਦੇ ਹਾਂ, ਹੋਰ ਤੈਨੂੰ ਕਿਸੇ ਚੀਜ਼ ਦੀ ਘਾਟ ਨਹੀਂ, ਸਾਰੀਆਂ ਸਹੂਲਤਾਂ ਹੈਗੀਆਂ ਨੇ। ਸਹੂਲਤਾਂ ਵੀ ਕਿਹੜੀਆਂ ਬੇਬੇ, ਮੋਟਰਸਾਈਕਲ ਤਾਂ ਹੈ ਨਹੀਂ ਉਹਨਾਂ ਦੇ ਘਰੇ, ਆਪ ਸਾਰਾ ਦਿਨ ਸਾਈਕਲ 'ਤੇ ਫਿਰਦਾ ਰਹਿੰਦਾ। ਚੱਲ ਕੋਈ ਗੱਲ ਨਹੀਂ ਪੁੱਤ, ਜ਼ਮੀਨ ਤਾਂ ਹੈਗੀ ਹੈ ਨਾ 5 ਕਿੱਲੇ, ਕਈ ਪਿੰਡਾਂ ਦੇ ਬੰਦੇ ਸਾਈਕਲ 'ਤੇ ਰਹਿਣ ਦੇ ਸ਼ੌਕੀਨ ਹੁੰਦੇ ਨੇ। ਕਾਹਦੀ ਸ਼ਕੀਨੀ ਬੇਬੇ, ਫਿਰ ਫੁਕਰੀਆਂ ਕਿਉਂ ਮਾਰਦਾ ਮੇਰੇ ਮੂਹਰੇ, ਸ਼ਕੀਨ ਤਾਂ ਮੰਨੀ ਗੱਲ ਚੱਲ ਹੁੰਦੇ ਨੇ ਸਾਈਕਲਾਂ ਦੇ,
इन्नी ने फुकरियां मार दे मेरे मूहे कदे तो कदूगा ट्रैक्टर समरा लिया मैं कदे हीरो होंडा समरा लिया मैं बारे खड़े ने मेरे तो किसी के घरे खड़े ने कदे कहूगा अपनी स्कॉर्पियो तो छड़े ने तेरे पेके बेबे मैं तो उस घरे रहनी हाँ मैनू तो पति है हूँ उस घरे की कुछ है मेरे मूहे तो ने गप मारे अच्छा फिर तो भाई माड़ी गल है जेडे तेन यह जे झूठ बोलते ने ता ही ना बेबे मैं तेन कहनी हाँ वो गप बाले मारते ने बेबे बंदे को यही जे गप मारते ने बंदे का दिमाग खराब हो जाता है लै मेरी सस दी सुन लै मैनू कहनी मैं बारले देश गई थी तेनू लगता बेबे वह गई होगी मैं तो लगता वह मानसर नहीं टप्पी कदे बाहर तो वह केड़ा जाया ही चल तेनों तो पता ही है मारी जान दे झूठ तू चुप करके सुनी जाया कर सुननी पैंदे ने वो तो ना धक्के सुना है चल बाहर जाने वाले गप तो मैं सुन ला लै मेरी गल सुन एक दिन ठंड की गल चल पी बेबे बैठिया बैठिया दी कहती मैं तो केरा बड़े ठंडे देश च गई आके उत्थे इन्नी ठंड पवे जेड़ा कोई बोले ओदे मूँह चों बर्फ दी डलियां वल वल निकलन मूरले बंदे नूं गल दी समझ ना आया करे फिर अगला डलियां खोरिया करे बर्फ दियां फिर गल समझिया करे लै ती ए तां बाले ही वड्डा गप मारिया उहने होर बेबे तैनूं मैं झूठ मार दियां किते हाए हाए लै की हसदियां बेबे हई तां होर सुण कहिंदी ठंड च मोमबत्ती दी लाट जम जांदी ती बर्फ च लै दस वाहेगुरू वाहेगुरू ए तां कमाल ही होगी जमी फिर कहती एक बार मैं गर्म देश च वागी इन्नी उत्थे गर्मी पवे कहती लोहा ही पिघल गया पानी वांगू आए चले लोहा वाहेगुरू वाहेगुरू कहती लोहे के डेडे टावर थे मोबाइलों वाले वो ही पिघल गए मेरे कन्न च कहीं सुन दिए बालिया डेडियां वो ही पिघल गई मेरे जो शीशे मूहे खड़ी कहनी मैंने तो फिर पता लगे मेरे कन्न च तो बालिया नहीं है किधर गई वाहेगुरू वाहेगुरू जमी गप मार दियो तो लै सुखपाल जे इन्ना कुछ पगल दाती पुत फिर बंदे किवें बच गए ला ही तो कर लै बेबे जे गप मारने है बंदे ने अही जे गप मारो भी जेड़ा बंदे नूं हाजम हो जाए हाँ गल तो ठीक है पुत्ता सच्ची बेबे की हसदी है मैंने तो बहुत गलत थान ते फसाता तुसी ने पुत्ता आपां नूं की पता सी भी दोने मां पुत एडे गप्पी ने हाँ सच लै उहदी सुन लै मेरे घर वाले की मैनूं कहना मैं शेर मारता ती 20 फुट उच्चा शेर तीगा लै दस कमाल करती पुत शेर तो उई नहीं काबू आंदे वड्डे वड्डे तो पहला गप तो शेर मारन वाला दूजा एदू ही वड्डा दस 20 फुट का उच्चा शेर देखे किसी ने देखे तो पुत तेरे घर वाले वर्गा गप्पी भी नहीं किसी ने चल फिर की करिए हुण चल कोई गल नहीं पुत दिन कट ला चुप करके बचोले ने मर जाने ने मैंने तो गप्पी च फसाता बचोले नूं केड़ा पता सी पुत भी यह गप्पी ने ना छड्या कर बेबे सारे पिंड तो यह मशहूर ने गप्पियां टब्बर कहिंदे ने हुण मैनू भी गप्पियां नूं कहिंदे होणगे हुण तो पुत कुछ भी है सारा कुछ ही कहाउणा पऊगा ब्याह हो गया सब कुछ हो गया जे पुत अपने तेरा बकहर ना ठाउंदा तेरे घर वाला पहला ना मरदा फिर आपां की लोड़ सी दूजी थां ब्याहण दी बस मेरे तो किस्मत ही माड़ी है बेबे पहला शराबी तीगा हुण गप्पी मिल गया चल पुत हुण की कर सकते हाँ तैनू तो बसना ही पऊगा धीए उत्थे चल मैं चाह बना के लियाउणी तेरे वास्ते तू बह जा मां मैं बनाउणी कोई ना तू कित्थे खेचल करदी फिरेगी ਹੋਰ ਦੱਸ ਦੇ ਸਫ਼ਰ ਕਿਵੇਂ ਆ ਠੀਕ ਹੈ ਬਾਈ ਮੈਂ ਤੇਰੇ ਘਰੇ ਗਿਆ ਵਿਆਹ ਦੀਆਂ ਵਧਾਈਆਂ ਦੇਣ ਤੂੰ ਘਰੇ ਹੈ ਨਹੀਂ ਸੀ ਪਤੰਦਰਾ ਤੈਨੂੰ ਪਤੀ ਆ ਫਿਰ ਦੱਸਿਆ ਤੇਰੇ ਵਿਆਹ 'ਚ ਮੈਂ ਹੈ ਨਹੀਂ ਸੀ ਮੈਂ ਰਾਜਸਥਾਨ ਲਾ ਗਿਆ ਨਾ ਕਈ ਮਹੀਨੇ ਮੈਨੂੰ ਨਹੀਂ ਪਤਾ ਯਾਰ ਕਿੱਦੇ ਗਿਆ ਸੀ ਤੂੰ ਘਰੇ ਕਈ ਦਿਨ ਹੋ ਗਏ ਜਿੱਦੇ ਚੌਂਕੂ ਦਾ ਟੱਟਰ ਨਹੀਂ ਪਲਟ ਗਿਆ ਸੀ ਯਾਰ ਅੱਛਾ ਉੱਦੇ ਤਾਂ ਮੈਨੂੰ ਲੱਗਦਾ ਮੈਂ ਬੰਬੇ ਗਿਆ ਹੂੰ ਲੰਬੂ ਨੂੰ ਮਿਲਣ ਬੰਬੇ ਲੰਬੂ ਕਿਹੜਾ ਉਹ ਲੰਬੂ ਨੂੰ ਨਹੀਂ ਜਾਣਦਾ ਤੂੰ ਅਮਿਤਾਭ ਬੱਚਨ ਫਿਲਮਾਂ ਵਾਲਾ ਚੰਗਾ ਸਹਿਚਾਰ ਰੱਖਦਾ ਆਪਣੇ ਨਾਲ ਉਹ ਵਧੀਆ ਆਪਣੇ ਨਾਲ ਉਹਦੀ अच्छा अच्छा कमाल हो गई यार लंबू ना तेरी लाज क्यों पेगी ओ पतंदरा चाचा लगदा मेरा वो बापू नाल पग वटाई हुई थी उन्हें हैं यार बापू तेरा पतंदरा किधर हो गया बंबे अमीर उड़ी जाने गप गोले बना मना यार हाँ ताई मैनू कहीं सी कहनी भगवान तमान ने सद्या उन्हों हाँ फोन जाया थे मैनू माड़ा जा कहना जसे यार मेरे कोले होके जाई अच्छा अच्छा कोई काम हो भगवान तमान नू तेरे ताई कोई सलाह बाड़ी करनी हो है हाँ कई करनिया ती सलाहियाँ तो उन्हें मैनू कहना यार दस मैं पंजाब नू किवें चलावा फिर मैं स्कीम कई देतियाँ उन्होंने मन गया वह भी मननी सी वो मैं सुनया जरा सन्मान करूँगा हो हाँ करूँगा कहना कर हाँ हाँ गप्पी ऑफ पंजाब पुलिस कर दूंगा तेनू जा वे तेनू लगता गप ना ना जमा नहीं होर दस यार कल ट्रैक सूट पा के किधर जाई जाता सी स्कूल वाले ग्राउंड च रोज फुटबॉल खेलता मैं अच्छा अच्छा तू भी फुटबॉल खेल लैंना वे ਲੈ ਹੋਰ ਫੁੱਲ ਖੇਡੀ ਦੀ ਹੈ ਤੂੰ ਕੀ ਸਮਝਦਾ ਪਰਸੋਂ ਜਦੋਂ ਮਾਰੀ ਕਿੱਕ ਨੇ ਟਕਿਆ ਕੇ ਗੁਰਚਰਨ ਮੈਂਬਰ ਕੇ ਘਰੇ ਗਈ ਫੁੱਟਬਾਲ ਅੱਛਾ ਯਾਰ ਉਹਨਾਂ ਦੇ ਤਾਂ ਘਰ ਹੀ ਬਹੁਤ ਦੂਰ ਹੈ ਸਕੂਲ ਤੋਂ ਯਾਰ ਪੁੱਛ ਲਈ ਚਾਹੇ ਗੁਰਚਰਨ ਮੈਂਬਰ ਨੂੰ ਪੁੱਛ ਲਈ ਚੌਂਕੌਰ ਹੋਰਾਂ ਨੂੰ ਪੁੱਛ ਲਈ ਅੱਛਾ ਯਾਰ ਕਮਾਲ ਹੈ ਯਾਰ ਉਹ ਮੈਂ ਤਾਂ ਕੀ ਪੁੱਛਣਾ ਹੈ ਮੈਂ ਤਾਂ ਫੁੱਟਬਾਲ ਬਹੁਤ ਖੇਡੀ ਹੈ ਬਈ ਮੈਂ ਤਾਂ ਕਪਤਾਨ ਹੁੰਦਾ ਸੀਗਾ ਟੀਮ ਦਾ ਉਹ ਯਾਰ ਮੈਂ ਤਾਂ ਤੈਨੂੰ ਖੇਡਦਾ ਕਦੇ ਵੇਖਿਆ ਨਹੀਂ ਯਾਰ
बचपन तो लैके हूं तक वही मरी जाना यार केड़ी टीम सी यार तेरी तेनू की पता है भूआ के पिंड खेडता हूं ती मैं उत्थे कप्तान ती मैं टीम का चल होवेंगे यार तू मेरे जिनी फुटबाल नहीं वधिया खेड सकता वो छड्या कर एक बारी मैं किक मारी ना फुटबाल दे सीधा आसमान कनी गया फिर तो गेंद जिडी फुटबाल देखे लग गई वो तू गेंद की गल करना है वो तो मुड़ी नहीं आसमान चो अस तो थले खड़े टिकी जाइए भी कदों थले आवे फुटबाल खेडन लगी है दोबारे हर के अं घरें मुड़े अच्छा यार कमाल होगी यार मुड़ी नहीं ना अगले दिन डिगी जाके नाल एक परची चिंबड़ी हुई थी परची चिंबड़ी हुई सी यार परची कड़ी जदों मैं परची खोल के देखी वो तो लिखा सी भी अगे तो फुटबाल चंद ते ना भेजी जाए नहीं तो वापस नहीं करा रहन दे यार गप्पा का भी यार कोई सिरा होंगे हिसाब ना देख के बोल करो पैर सर ला दिया करो वे पतंदरा बिना टायर की रोड़ी जन्ना यार कमाल है यार तेरे गणियो मेरिया सच्चिया गल् भी तेन झूठ लगी जाए ओ जा यार हथ बने तेरे मूहे मैं नहीं सुनिया तेरिया सच्चिया गल् यार चंगा हो मैं तो जाना ओ यार हिसाब सर सिट दो गोला कोई ये कहीं भी सरी पे मैं कदम एडा गप्पी नहीं देखा उ गोले सीटी जाता यार ये गप्पा करके दो घर वाली भज गई आ बेचारी पता नहीं किमें फस गई मैं तो लगता ये भी भजू सट्टिया करिए कम धंधा कोई यार आ जाता रोज अज तो बेबे की होया ना बाली भैड़ी हुई मेरे नाल गिंदर नाल चाचे के मुंडे नाल की हो गया खेत ना बेबे 25-30 सलेटे फिर ना अच्छा फिर की वो तो बेबे साढ़े मगर पे गए असी सलेटे के मूहरे मूहरे सलेटा साढ़े मगर मगर सानू साले ने बहुत भजाया बू मैं मर जा फिर मैं गिंदर नूं कहा नहीं गल बनती मैं खेत च टोए पट्टे इन्हों दबीए असी तो कई चक लिया फिर सारा खेत ही पट्टा अच्छा पता ही लग्या अच्छा होर बेबे अच तो खेत इन्ना डूंगा पट्टा थलो कंजे का पताल निकलिया भूवे सच्ची मर लिया ते होर झूठी लोग ता पताल चपड़े मंगू तुरे फिरन हाय हाय की करा मैं इन्हां दा अच्छा अपने मंगू लोग तुरे फिरन ते होर ओवें कुड़ियां बुढ़ियां कॉलेज नूं जाई जाण हाय बे बे मैनू ता सद लैंदे मैं भी देख लैंदी पताल आ देख बेबे कड़ा घट है नाले पता है भी गप मारी जांदा गल ओदी ऐ सुनदी है ना कुड़ियां तो चल मन लिया आ बुढ़िया कॉलेज कितों जाएगियां हाए वे बिचोलिया पै जान कीड़े तेरे घट्टो घट पता तो कर ला इन्होंने बारे भी कही जेने लै तेनू कितों सद लेंदे बेबे गिंदर मेरे गल पै गया कहना मैं तो पताल च जाना कुड़ी ब्याह के लिया उतों मैं क्या कंजर दिया खड़ जा हजे सलेडिया का हल तो पहला कर लीए जे मगर लग रहे ने हाँ सही गल है फिर की बनया फिर की बनना दीगा अच्छी तो 25-25 सलेडे ना पताल च देख के उत्ते पाती मिट्टी बस पुछे ना अज तो मारते ती सलेडिया ने बहुत युद्ध करना पाया उन्होंने किता युद्धे ने बड़े महाराजा रणजीत सिंह ने शुक्र है परमात्मा का शुक्र है जेड़ा तुसी बच गए होर 24 सलेडे तो असी दबते जो 25वां दबण लगे गेंद्र तो बिचर गया कहना जसिया मैं तो इन्हू घरे लेके जाना है वह मैं क्या कंजर दिया घरे ले जा कि चार पाने तू इनू दबण की करिए आप मसा खो के दबे उतो अच्छा बे वधिया हो गया होर तेनू अपने घरे पता कुछ की गल हो गई की हो गया बेबे मैनू तो नहीं पता लै हुण बुढ़ी दे लूरियां उठण लग गईआं ई मैं के पिछे रह गई बे तुसी तां सीगे खेत सुखपाल करी जांदी जी घर दा धंदा मैं ऐसे मंजे ते बैठी आं बे जदों मेरी पई निगाह अपणीआं मैसां कनी बे मैसां तां नच्ची जाण अच्छा लै बेबे फेर बे संगड़ खला ले मैसां तां बेड़े च आके लग गईआं नच्चण जिमें किटी बाल्टी दियां जांदीआं ने बे इक मैं सताए नच्चे जमी जिमें हैमा मालनी हुंदी है अच्छा इहदा कमाल ही हो गया लै आ ताती करती गप वाली फिर बेबे बे फिर की फिर मैं सुखपाल नूं आवाज मारी मैं कहा सुखपाल ये तो खलाई फिरदियां ने पुत फिर वह आई फिर असी मैसा बनिया है लै मैनू कड़े भी आवाज मार ली इन्हें मैनू आपके गप्पा च ऊई शामिल करी जाती है क्यों बेबे एडे गप रोड़ी जानी है केड़े वे अपनी मैसा ने संगल खला ले केड़े वे नच लिया केड़े वे मैनू तो आवाज मार ली क्यों पकाई मारी जानी है मैसा नचिया होनगियां आ कुंडी मैस तो जरूर नची होगी इन्हू तो शौक है नचण का मेरे ब्याह च भी नची थी लै दस बे तेरे केड़े ब्याह च नच ली हो वो पहले ब्याह की गल करदा उदों बहुत नची सी खुशी बहुत सी इनू जस्या जस्या एडे एडे गप नहीं मारी दे हुंदे मैं तो तुसी ऊई पागल लगदे हो मैं तो सोडी समझ नहीं लगती किधरों पले पै गया यह लाना मैं तो गप्पी यह घट हिले हुए वध लगते ने गप्पी तो बहुत देखे ने पर यह तो होर ही किस्म के गप्पी ने इन्हों के गप तो सुनने ही बहुत औखे ने
जस्से मैनू ए चाले लगते नहीं है अपने घरे वसण दे। कोई ना बेबे तोड़ दें फिर ये पेक्या आप कराने तो बे तोड़नी पेगी आपने की कराने फिर। कोई गल नहीं मैं इनू अज ही कह देना भी आपका बोरी बिस्तरा बन लै तेरे नाल नहीं निर्वाह होना साडा बस ठीक है। हाँ मेरी गल सुन लै सुखपाल तू पेके जा सकती है मैं तो बेबे ने एक गल नोट करी है तेरी तू साडी इज्जत नहीं करती जिहड़े मेरे पहले दो ब्याह होए थी वो भी मेरी इज्जत नहीं करदियां सीगियां तां ही असीं कढ़ियां करों लै इह की गल होई वह साडी इज्जत नहीं करदियां होणगियां मैं तां इज्जत करदी हां साडी तू इज्जत साडी कदी करदी है तू तो मूहरों सानू चपर चपर जवाब दिनी है लै इज्जत करन नूं भला मैं बेबे की सेवा नहीं करती उहनूं रोटी पानी दिंदी टाइम सिर कौन दवाई नहीं दी मैं टाइम सिर कसोडी सेवा नहीं करती मैं कोई कमी हैगी सोडी सेवा दे विच ले सोडी इज्जत बथेरी करदी आ ओ सवा करदी है इज्जत तू साडे मन नु नहीं लगदा वे हुण अपना निर्वाह होऊगा निवेड़ा होऊगा अपना ता हुण तराक लवांगे असीं ता जा बग जा आपदे पेके दे कमाल होगी तेरी ऐवें पेके किवें बग जा ब्याह क्यों करवाया ती फिर मेरे नाल ब्याह तेरे नाल ता कराया ती सानू इज्जत मान वाली नु चाहीदी ती तू ते इज्जत मान पूरा नहीं करदी साडा दे कमाल होगी सोडे कनियो हजे मैं सोडा इज्जत मान करदी नहीं तू चाह यार मैं तेन दसता तेरे है नहीं इरादे वसन वाले हुण चल तेरी मर्जी है फिर सुपाल गल सुनी एक तोरती फिर हाँ तोरती मैं तो कहा तीजे बड़ी गल है मैं साढ़े वाली नोवा से छे आना बे जा नोवा से छे आ जा अपनी जिप्सी ले जाता जवाब ही नहीं दिता कोई उन्हें मूहरों है सुखपाल किवें बैग चक्की आँदी है की गल होगी सुखपाल मैंने उन्होंने घरों कढ़ता बेबे जैसा कहता अपना निर्वाह होना कमाल होगी घरों कढ़ता मैंने गल तो दस पुत आ जा बह जा मैं कहना तू साडा इज्जत मान नहीं करती तेरे बसण दे इत्थे इरादे नहीं हैगे साडे घरे बसण दे इरादे नहीं हैगे मैं समझ ही नहीं पुत गल की होई है बेबे गल की होनी है मैं तो उन्हां नूं कुछ भी नहीं कहती मैं आपदी सस दी तेरी सेवा करदी हां ओदे खाण पीण दा दवाई दप्पे दा पूरा ख्याल रखदी हां करे जस्से करियो नहीं मिलांबा होण दित्ता मेरे च कोई खोट भी नहीं कढ सकदे बेबे ओह मैनूं कहिंदा पहलां वालियां मैं तां ही घरों दवदियां ने ओह भी साडी इज्जत नहीं करदियां तियां कमाल होगी होर बेबे मैं तां बथेरी इज्जत करदी ते इहनां दी पर तुसीं कोई पहलां पुण छाण नहीं करी मैनूं चक्क गप्पियां दे घरे व्याहता पर एक गल है जदों इह गप गुप मारदे ने मैं विच इहनां नूं टोक दिंदी थी बस बस मैं समझ गई यही कमी रहेगी तेरे च काम वाली है तू ता मैं तेन पहला भी समझाया थी सुखपाल तेन उन्होंने टोकन की लड़ ही नहीं जे गप मारते ने मारी जान दे मांगरी हाँ हूँ करी जाए तू मेरी गल पुत पल्ले नहीं बनी बेबे वह गप्पी यही जे मारते ने जेडे हजम होने वाले नहीं होंगे अजीब गप मारी जान उन्हों की तो आदत है गप मारन की जेड़ी हट नहीं सकती तय की लैना उन्होंने तो तेन उन्होंने आदत मंजूर करनी पेगी फिर निर्वाह हो सकता उस घर च पुत मैं समझ गई उन्होंने गल वो क्यों कहें भी तेरे बसन दे रादे नहीं उन्होंने गल च हाँ च हाँ मिलानी सीख जा कुड़िए सहरिया के घर बसन वास्ते उन्होंने गल च हाँ च हाँ मिलानी पैंती है तू मेरी गल पल्ले बन लै कुड़िए तू मैनू कहनी है ना पुत भी उन्होंने झूठ हजम नहीं आते उन्होंने रोटी तो हजम आँदी है ना बस तो चुप करके रोटी खाई चल आराम सहरिया के घर बसन वास्ते हाँ च हाँ मिलानी पैंती है कुड़े समझ गई ना तू मेरी गल चल कोई ना पुत मैं कल नू छड्डे नहीं तेरे सहुरी तू फिकर ना कर बारी बारी घर बसाने केड़ा सौखे ने धीए सत श्रीकाल भैन जी सत श्रीकाल सत श्रीकाल बेबे आ जाओ भैन जी
ਬਹਿ ਜਾਓ ਇੱਧਰ। इज्जत मान करूगी भैन जी, सानू नहीं लगता भी यह समझ जूगी, साडा तो यह भोरा इज्जत मान नहीं करती, साडी तो हरेक गल दे विच टोका टकाई करती रहिंदी है। क्यों सुखपाल, मैं तैनू की कहा सी, निकले ही ना ओही गल। केड़ी गल भैन जी? मैं इहनू कहा सी भैन जी भी तेरे च कोई जरूर कमी होगी, मैं इनू चंगी तरह समझाया होया, हुण तुसी बेफिक्र रहो। सोनू हुण इह कदे शिकायत दा मौका नहीं दिंदी। किवें करके जस्से हुण देख ले बेबी, मैनू तां नहीं लगदा भी अपनी इज्जत करया करूगी इह। जदों मैं तैनू कह ही दित्ता पुत, तैनू मेरे ते यकीन नहीं, मेरा कहना नहीं मानदा पुत तूं, हुण वादू इज्जत करया करूं थोड़ी, मैं चंगी तरह समझाता इहनू। चल कोई ना भैन जी, तेरे कहे तो एक मौका इहनू होर दे के देख लैने आ। बहुत बहुत धन्यवाद भैन जी सोडा, जेड़ा मेरी आई दी इज्जत रखती तुसी। चल कोई ना भैन जी, चल पुत जा सुखपाल, तू चाह बना अंदर जा। बनावनी है बेबे। आ बैग लै जा के। ले जानी है। चंगा भैन जी, मैनूं तो दिओ आग्या फिर। रोटी खा के बैग जांदे भैन जी? ना ना भैन जी, रोटी नहीं खानी, रोटी तो मैं ते सुखपाल खा के ही तुरे सी। चंगा पुत जस्से। चंगा पुत। बेबे जे कहनी है मैं छड्डे ना फॉर्चूनर ते अपनी वाली ते। आहो देख लो भैन जी, छड्डे आउंदे 2 मिनट लगणगे। ना ना भैन जी, कोई ना बस ते वग जांगे, पिंड केड़ा दूर है साडा। चंगा पुत। चंगा पुत, ध्यान रखी कुड़िए हुण। कोई नहीं बेबे। हां वधिया रही मेरी धी। कोई नहीं। तेरा की ख्याल है जस्से, मेरी माँ ने इन्हू अकल उकल देती होगी कि नहीं? देती हूँ तो ठीक है बेबे, नहीं चुका के जोली बिस्तर फिर पजा देंगे, अपन को कोई फर्क पैन लग गया। हाँ ठीक है फिर। आ गई बेबे, बस का खड़का तो सुने नहीं किसी का। कुड़े पुत केड़ी बस, अपने तो पिंड नू कै जहाज लग गए। नहीं मैं तो डुन्ना वांगू जा की आवा, अड्डे च तो बस है ना कोई, मैं तो जदों आए दाए जा कबू मैं मर जा, हूँ कस से जाऊंगी, जदों मैनू तो बाज जी मारी, आजो आजो आजो, मैं तो ताह झाकी, फिर मैं आखा बाज कौन मारी जाए, जो मैं ताह झाकी कौन टैन दी, बलबीर कौन हरे जे जहाज बैठी जाए, वह कहती बग जा उत्थे लाल लग्या खड़ा है, कहती उस चढ़ जा उस ते आ जी, मैं तो पुत फिर उस जहाज ते आई हाँ। बीबी अड्डा कितने बनाया फिर जहाज नवान सा? नहीं गड्डी दी लैन कोले फाटक को। अच्छा बीबी जहाज दी टिकटी बड़ी महंगी है? ना पुत, भगवंत मान ने चलाए ने जहाज, सरकारी ने, उहदे च तां आधार कार्ड चलदा, आधार कार्ड मेरे को हैगा थी। कुड़े आ पुत, चाह दी कुट बना ले। चल बेबे, नहीं चिन्ने मुने बैठ के सेक ला, मिजी सेकना थी ना। बस मैं तो उरी बैजू धुप है। चल बैजू, ठर गई मैं तो जमी। कोई ना, मिलियो नहीं चाह बना और चाह दी कुट लिया। बेबे रात ना सुपना आया भी मैं पहाड़ चक के खड़ा। हाँ छिट्टे जे मेरे ही बजे थी। हाँ वो छिट्टे मैंने लगता पहाड़ दे पानी थी ये तेरे से बजे ने। हाँ वो ही होने। ले जस्या, हुण मैनू लगता बस यू है अपने करे। हाँ मैनू भी लगता है। चंगा मैं बेबे टोबे कनी जाया, मैं माड़ा जा जाया। और पलाई कट थी बहुत। हाँ बे पैसे ना ने रलके लाए ने का कल्ले माली ने लाए ने? ना रलकी लाए होंगे। हाँ इन्हें बुढ़ी ने रखा नहीं थी कुछ। बुढ़ी बहुत पाग आड़ी थी, बाढ़ गई सियानी थी, बढ़िया थी बेचारी। तो बाहर पानी ले ही मैंने तो बेबे नू ले नहीं आ जाए नंबर दान दे पाड़ते। हाँ जाए। तुसी तो अज वग गए, मगरों पता की होया?
ਕੀ ਮੈਂ ਤਾਂ ਚਟਨੀ ਰਗੜੀ ਜਾਂਦੀ ਕੁੰਡੇ ਚ ਵਿੱਚ ਜਿੰਨ ਪ੍ਰਗਟ ਹੋ ਗਿਆ ਉਹ ਤੁਹਾਡੀ ਭੈਣ ਨੂੰ ਫੇਰ ਹੋਣਾ ਕੀਤੀ ਉਹ ਮੈਨੂੰ ਕਹਿੰਦਾ ਮੰਗਲਾ ਵੀ ਭਾਜੋ ਕੁਛ ਮੰਗਣਾ ਸੋਨਾ ਮੰਗਲਾ ਹੀਰੇ ਮੰਗਲਾ ਮੋਤੀ ਮੰਗਲਾ ਜਿਹੜੀ ਚੀਜ਼ ਚਾਹੀਦੀ ਹੈ ਸੋ ਮੰਗਲਾ ਅੱਛਾ ਪੁੱਤ ਫਿਰ ਤੂੰ ਮੰਗ ਲੈਣਾ ਸੀ ਕੁਛ ਮੈਂ ਮੰਗਣੀ ਲੱਗੀ ਸੀ ਬੇਬੇ ਬਸ ਉਹਨੂੰ ਕਹਿਣੀ ਲੱਗੀ ਸੀ ਵੀ ਸਾਡਾ ਘਰ ਹੀਰਿਆਂ ਦਾ ਬਣਾ ਦੇ ਉਹਦੀ ਆਪਣੀ ਗਵਾਂਢਣ ਆ ਗਈ ਸੀਬੋ ਹਰੀਆਂ ਮਿਰਚਾਂ ਲੈਣ ਉਹ ਤਾਂ ਡਰਦਾ ਬੇਬੇ ਉਹ ਤਾਂ ਉਹਦੀ ਭੱਜੇਗਾ ਤਾਂ ਖੜੀ ਨਹੀਂ ਉਹ ਜਾ ਯਾਰ ਤੂੰ ਉਹਨੂੰ ਭੱਜਣ ਨਹੀਂ ਦੇਣਾ ਸੀਗਾ ਫੜ ਕੇ ਕਿਸੇ ਬੋਤਲ ਬੂਤਲ 'ਚ ਬੰਦ ਕਰ ਲੈਣਾ ਸੀ ਉਹ ਫੜ ਤਾਂ ਮੈਂ ਲੈਂਦੀ ਉਹ ਸੀਬੋ ਨੇ ਪੰਗਾ ਛੇੜਤਾ ਨਾ ਜਦੋਂ ਉਹ ਆ ਗਈ ਉਹਦੀ ਭੱਜ ਗਿਆ ਚੱਲ ਕੋਈ ਨਾ ਪੁੱਤ ਜੇ ਕਿਤੇ ਹੋਣ ਦੀ ਸੇ ਫੜ ਲਈ ਨਹੀਂ ਰੱਸਾ ਰੁੱਸਾ ਪਾ ਕੇ ਨੂੜ ਲਈ ਉਹਨੂੰ ਉੱਤੋਂ ਸਾਨੂੰ ਸੱਦ ਲਈ ਫਿਰ ਖੁੱਡਾ ਖੱਡਾ ਬਣਾ ਕੇ ਰੱਖ ਲਾਂਗੇ ਅੰਦਰ ਫਾਇਦੇ ਲਿਆ ਕਰਾਂਗੇ ਤੋ ਚੱਲ ਬੇਬੇ ਆਹ ਗੱਲ ਠੀਕ ਹੈ ਹੁਣ ਨਹੀਂ ਮੈਂ ਲੰਘਣ ਦੀ ਉਹਨੂੰ ਜਦੋਂ ਵੀ ਆਇਆ ਲੈ ਜੱਸਿਆ ਮੈਂ ਲਿਖ ਕੇ ਦੇਣ ਨੂੰ ਤਿਆਰ ਹਾਂ ਹੁਣ ਇਸ ਕੁੜੀ ਨੂੰ ਆਪਣੇ ਘਰੇ ਵਸਣ ਤੋਂ ਕੋਈ ਨਹੀਂ ਰੋਕ ਸਕਦਾ ਹਾਂ ਬੇਬੇ ਹੁਣ ਨੱਚੀ ਆਪਣੇ ਪਰਿਵਾਰ 'ਚ ਹਾਂਜੀ ਸਤਿ ਸ਼੍ਰੀ ਅਕਾਲ ਸਲਾਮ ਅਦਾਬ ਨਮਸਕਾਰ ਤੁਸੀਂ ਜੁੜੇ ਹੋ ਪੇਂਡੂ ਵਿਰਸਾ ਦੇ ਨਾਲ ਹੁਣ ਵਾਰੀ ਹੈ ਤੁਹਾਡੀ ਜਿਨ੍ਹਾਂ ਨੇ ਸਾਨੂੰ ਐਪਰੀਸ਼ੀਏਟ ਕੀਤਾ ਸਲਾਹ ਮਨਦੀਪ ਗਿੱਲ ਮੋਗਾ ਸੁਖਪਾਲ ਅਤੇ ਜੁਗਰਾਜ ਖਿਆਲੇ ਤੋਂ ਪ੍ਰੀਤ ਸੰਧੂ ਕੋਟਦੁੰਨਾ ਜਸਮੀਤ ਜਸਜੀਤ ਫਾਜ਼ਿਲਕਾ ਗੁਰਜੀਤ ਸਿੰਘ ਰੇਖਾ ਕੈਲੀਫੋਰਨੀਆ ਸੁਖਜਿੰਦਰ ਸਿੰਘ ਕੰਡਾਲਾ ਜਸਪਾਲ ਕੌਰ ਅਕਲੀਆ ਸੁਖਪਾਲ ਸਿੰਘ ਰਾਜਗੜ੍ਹ ਜਸਮੇਹਰ ਕੌਰ ਚਹਿਲ ਮਨਜੀਤ ਕੌਰ ਅੰਬਾਲਾ ਰਾਜ ਸਿੰਘ ਖੀਵਾ ਹਰਮਨ ਰੰਧਾਵਾ ਦਿੱਲੀ ਜਸਮੀਤ ਫਾਜ਼ਿਲਕਾ ਦੀਕਸ਼ਾ ਗਰਗ ਲੁਧਿਆਣਾ ਪਾਲ ਸਿੰਘ ਪਠਾਨਕੋਟ ਸ਼ਮਾ ਰਾਣੀ ਆਸਟ੍ਰੇਲੀਆ ਅਜੈਬ ਚਹਿਲ ਮਨੋਹਰ ਲਾਲ ਬਜਾਜ ਕੋਠਾ ਗੁਰੂ ਬਠਿੰਡਾ ਸ਼ੁਕਰੀਆ ਜੀ ਮਿਹਰਬਾਨੀ ਇੱਕ ਲਾਈਕ ਨੰਬਰ 2 ਸ਼ੇਅਰ ਨੰਬਰ 3 ਕਮੈਂਟ ਕਰ ਦਿਆ ਕਰੋ ਸਾਨੂੰ ਚੰਗਾ ਮਾੜੇ ਦਾ ਪਤਾ ਲੱਗੇ ਠੀਕ ਹੈ ਬਾਈ ਜੀ ਵੀਡੀਓ ਸ਼ੇਅਰ ਕਰ ਦਿਆ ਕਰੋ